ਸ਼੍ਰੋਮਣੀ ਅਕਾਲੀ ਦਲ ਨੂੰ ਸੁਖਦੇਵ ਸਿੰਘ ਢੀਂਡਸਾ ਨੇ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਸੁਖਦੇਵ ਸਿੰਘ ਢੀਂਡਸਾ ਖੁਦ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਵੱਖ ਹੋਏ ਅਤੇ ਸਿਧਾਂਤਾਂ ਦੀ ਲੜਾਈ ਦਾ ਨਾਮ ਦੇ ਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਅਤੇ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂਆਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਹੀ ਉਹਨਾਂ ਨੇ ਪਰਮਜੀਤ ਕੌਰ ਗੁਲਸ਼ਨ ਨੂੰ ਆਪਣੇ ਜਥੇ ਵਿੱਚ ਸ਼ਾਮਿਲ ਕਰ ਲਿਆ। ਪਰਮਜੀਤ ਕੌਰ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਹਿਲਾਂ 2009 ਦੇ ਵਿੱਚ MP ਰਹਿ ਚੁੱਕੇ ਨੇ ਅਤੇ 2014 ਦੀਆਂ MP ਦੀਆਂ ਚੋਣਾਂ ਵਿੱਚ ਉਹ ਚੋਣ ਲੜੇ ਸਨ ਪਰ ਹਾਰ ਗਏ ਸਨ। ਹੁਣ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਨੂੰ ਆਪਣੇ ਨਾਲ ਸ਼ਾਮਿਲ ਕਰ ਲਿਆ, ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ, ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਢੀਂਡਸਾ ਪਰਿਵਾਰ ਤੇ ਨਿੱਜੀ ਹਮਲੇ ਬੋਲਦੇ ਰਹੇ ਨੇ। ਹੁਣ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਹੈ, ਇਸ ਤੋਂ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਦੇ ਕਹੇ ਅਨੁਸਾਰ ਹੋਰ ਕਈ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇ ਸਕਦੇ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਸੁਖਬੀਰ ਬਾਦਲ ਨੂੰ ਝਟਕੇ ਤੇ ਝਟਕੇ ਲੱਗਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਅਸੀਂ ਸੱਚਾਈ ਤੇ ਖੜੇ ਹਾਂ, ਸੱਚਾਈ ਦਾ ਸਾਥ ਆ ਲੋਕ ਇਵੇਂ ਜਿਵੇਂ ਅੱਜ ਕਾਫਲਾ, ਜਿਵੇਂ ਬੀਬੀ ਨੇ ਕਿਹਾ ਕਾਫਲਾ ਜੁੜਦਾ, ਹਰ ਰੋਜ਼ ਸਾਡਾ ਕਾਫਲਾ ਬੰਦਾ ਹੁੰਦਾ ਜਾ ਰਿਹਾ। ਤੁਸੀਂ ਦੇਖੋਗੇ 2-4 ਮਹੀਨਿਆਂ 'ਚ ਇਹ ਕਾਫਲਾ ਉਹਨਾਂ ਦੇ ਕਾਫਲੇ ਨੂੰ ਕਈ ਗੁਣਾ ਵੱਡਾ ਹੋ ਜਾਏਗਾ। ਜਿੰਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸਾਡੇ ਨਾਲ ਵਿਤਕਰਾ ਹੁੰਦਾ SC ਨਾਲ ਅਤੇ ਸਾਡੇ ਜਿਹੜਾ ਦੂਜਾ ਵਰਗ ਹੈ, ਤੁਸੀਂ ਕਦੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ, ਕਦੇ ਇੱਕ ਜਿੱਤਿਆ ਹੋਇਆ MLA ਉਹਦੀ ਬਦਲੀ ਹੋਈ ਹੈ ਕਦੇ? ਦੱਸੋ ਮੈਨੂੰ, ਤੁਸੀਂ ਐਡੇ ਪ੍ਰੈਸ ਵਾਲੇ ਸਾਰੇ ਖੜ੍ਹੇ ਆ, ਕਦੇ ਬਦਲੀ ਹੁੰਦੀ ਹੈ? ਦਰਸ਼ਨ ਸਿੰਘ ਕੋਟਪੱਤਾ ਨੂੰ ਬਤੌਰ MLA ਭੁੱਚੋ ਭੇਜਿਆ, ਠੀਕ ਹੈ, ਫਿਰ ਉਹਨੂੰ ਭੁੱਚੋ ਵੀ ਨਹੀਂ ਰਹਿਣ ਦਿੱਤਾ, ਉਹਨੂੰ ਮਲੋਟ ਭੇਜਤਾ, ਮਲੋਟ ਵੀ ਨਹੀਂ ਰਹਿਣ ਦਿੱਤਾ, ਫਿਰ ਉਹਨੂੰ ਫਰੀਦਕੋਟ ਭੇਜਤਾ। ਇਹ ਜਲੀਲ ਪੁਣਾ ਨਹੀਂ ਤਾਂ ਹੋਰ ਕੀ ਹੈ? ਦੇਖੋ, ਜਿਹਦੇ ਤਾਂ ਕੋਈ ਸੈਲਫ ਰਿਸਪੈਕਟ ਆਪਣੇ ਆਪ ਨੂੰ ਸਮਝਦਾ ਹੋਊਗਾ, ਉਹ ਤਾਂ ਨਹੀਂ ਬਹਿੰਦਾ, ਉਹ ਤਾਂ ਫਿਰ ਵਿੱਚੋਂ ਨਿਕਲੂਗਾ ਆਪਦਾ ਗੁੱਸਾ ਲੈ ਕੇ ਵੀ ਦਿਖਾਊਗਾ ਵੀ। ਜਿਹਦੀ ਕੋਈ ਆਤਮ ਰਿਸਪੈਕਟ ਨਹੀਂ ਕਹਿੰਦਾ, ਉਹ ਫਿਰ ਬੈਠਾ ਰਹਿੰਦਾ ਹਰ ਥਾਂ 'ਤੇ। ਮੈਂ ਤੁਹਾਨੂੰ ਦੱਸਦੀ ਹਾਂ ਵੀ ਦੇਖੋ, ਇੰਨੇ ਜ਼ਿਲ੍ਹੇ ਹੈ, ਕਦੇ ਸਾਡੀ ਮਤਲਬ ਕੋਈ ਜ਼ਿਲ੍ਹਾ ਪ੍ਰਧਾਨ ਬਣਾਇਆ, ਕੋਈ ਸਾਡਾ ਚੇਅਰਮੈਨ ਲਾਇਆ, ਕੋਈ ਸਾਡਾ ਚੰਗਾ ਅਫਸਰ ਕਿਤੇ ਲਾਇਆ? ਇਹ ਤੋਂ ਬਿਨਾਂ ਜੋ ਪਾਰਟੀ ਦੇ ਵਿੱਚ, ਦੇਖੋ ਜਿੱਥੇ ਪਾਰਟੀ ਨੌਕਰ ਚਲਾਉਣ, ਜਿਨ੍ਹਾਂ ਨੂੰ ਅਧਿਕਾਰ ਦਿੱਤੇ ਹੋਏ ਹੋਣ, ਪਾਰਟੀ ਨੇ ਅਧਿਕਾਰ ਦਿੱਤੇ ਹੋਣ, MP ਹੋਵੇ, MLA ਹੋਵੇ, ਚੇਅਰਮੈਨ ਹੋਵੇ, ਚੇਅਰਪਰਸਨ ਹੋਵੇ, ਉਹਦਾ ਤਾਂ ਕੋਈ ਫੈਸਲਾ ਨਹੀਂ ਮੰਨਿਆ ਜਾਂਦਾ। ਅਤੇ ਜਿਹੜੇ ਨੌਕਰ ਮੁਨਸ਼ੀ ਲਾਏ ਹੋਏ ਆ, ਉਹ ਕਹਿੰਦੇ ਵੀ ਸਾਡਾ ਕਹਿਣਾ ਮੰਨੋ, ਸਾਡੇ ਪੈਰੀਂ ਹੱਥ ਲਾਓ, ਸਾਨੂੰ ਸਲਾਮ, ਅਸੀਂ ਕਰ ਨਹੀਂ ਸਕਦੇ, ਕਿਉਂਕਿ ਸਾਡੇ ਪਰਿਵਾਰ ਦਾ ਵੀ ਇੱਕ ਸਟੇਟਸ ਹੈ, ਸਾਡੇ ਪਿਓ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਅਤੇ ਅਸੀਂ ਕਿਉਂ ਇਹਨਾਂ ਦੇ ਨੌਕਰਾਂ, ਜਿੱਥੇ ਪਾਰਟੀ ਦੇ ਫੈਸਲੇ ਨੌਕਰ ਕਰਦੇ ਹੋਣ, ਤੁਸੀਂ ਆਪ ਸੋਚੋ ਵੀ ਉਹ ਪਾਰਟੀ ਕਿਤੇ ਕਾਮਯਾਬ ਹੋ ਸਕਦੀ ਹੈ? ਕੱਲ੍ਹ ਜਿੰਨੇ ਉਹਨਾਂ ਦੇ PA CA ਸੀ, ਸਾਰੇ ਉਹਨਾਂ ਦੇ ਹਲਕੇ 'ਚ ਬਿਠਾ ਦੇ, ਜਿਹੜਾ ਪਤਾ ਸੀ ਵੀ ਉਹ ਉੱਥੇ ਜਾਣਗੇ, ਉਹਨਾਂ ਨੂੰ ਕਹਿ ਤਾ ਵੀ ਤੁਸੀਂ, ਕਿਸੇ ਨੇ ਉੱਥੇ ਜਾਣਾ ਨਹੀਂ, ਉਹਨਾਂ ਨੂੰ ਰੋਕ ਲਿਆ। ਉਹ ਕਹਿੰਦੇ ਵੀ ਪਹਿਲਾਂ ਤਾਂ ਮੈਂ 150 ਬੰਦਾ ਇਕੱਠਾ ਕਰਨਾ ਸੀ, ਹੁਣ ਮੈਂ 300 ਕਰੂੰਗਾ, ਕਰਕੇ ਦਿਖਾਊਂਗਾ ਮੈਂ। ਸੋ ਬਹੁਤ ਸਾਰੀਆਂ ਗੱਲਾਂ ਹੈ ਜਿਨ੍ਹਾਂ ਕਰਕੇ ਸਾਨੂੰ, ਬਾਕੀ ਜਿਹੜੇ ਜਿਵੇਂ ਢੀਂਡਸਾ ਸਾਹਿਬ ਨੇ ਵੀ ਦੱਸਿਆ, ਗਿਲਪਤੀ ਜੀ ਨੇ ਵੀ ਦੱਸਿਆ, ਸਾਹਿਬ ਨੇ ਵੀ ਦੱਸਿਆ ਵੀ 1920 ਦੇ ਵਿੱਚ ਜਿਹੜੀ ਪਾਰਟੀ ਇੱਕ ਸਿਧਾਂਤਾਂ ਦੇ ਤੌਰ 'ਤੇ ਬਣੀ ਸੀ, ਇੱਕ ਸਿਧਾਂਤਿਕ ਪਾਰਟੀ ਸੀ, ਸਿਧਾਂਤ ਸੀ ਕੁਛ ਪਾਰਟੀ ਦੇ, ਪਰ ਹੁਣ ਤਾਂ ਜਦੋਂ ਕੋਈ ਸਿਧਾਂਤ ਹੀ ਨਹੀਂ ਰਿਹਾ, ਕੋਈ ਬਰਾਬਰਤਾ ਹੀ ਨਹੀਂ ਰਹੀ, ਸਾਰੇ ਸਿਧਾਂਤ ਖਤਮ ਕਰਤੇ ਆ, ਅਤੇ ਹੁਣ ਅਸੀਂ ਤਾਂ ਜਿਹੜੀ ਸਾਡੀ ਲੜਾਈ ਆ ਅਸਲੀ, ਉਹ ਸਿਧਾਂਤਿਕ ਲੜਾਈ ਆ, ਸਿਧਾਂਤਾਂ ਦੇ ਲਈ ਅਸੀਂ ਲੜਨਾ। ਔਰ ਇਹ ਕਾਫਲਾ ਜਿਹੜਾ ਸੰਗਰੂਰ ਤੋਂ ਅਤੇ ਪੰਜਾਬ ਦੇ ਬਾਕੀ ਸਾਰੇ ਹਲਕਿਆਂ 'ਚੋਂ ਚੱਲਿਆ, ਉਸ ਕਾਫਲੇ ਦੇ ਅਸੀਂ ਅੱਜ ਹਿੱਸਾ ਬਣੇ ਹਾਂ। ਅਸੀਂ ਢੀਂਡਸਾ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੀਆਂ ਬਾਹਾਂ ਬਣ ਕੇ, ਥੰਮ ਬਣ ਕੇ
ਅਸੀਂ ਇਸ ਮਕਸਦ ਦੇ ਵਿੱਚ ਉਹ ਪਾਰਟੀ ਜਿਹੜੀ ਸਿਧਾਂਤਾਂ 'ਤੇ ਬਣੀ ਸੀ 1920 ਦੇ ਵਿੱਚ ਉਸ ਨੂੰ ਉਸੇ ਪੱਧਰ 'ਤੇ ਲਿਆਉਣ ਵਾਸਤੇ ਅਸੀਂ ਤੁਹਾਡਾ ਹਰ ਕਦਮ 'ਤੇ ਸਾਥ ਦੇਵਾਂਗੇ। ਲੋਕਾਂ ਦੇ ਵਿੱਚ ਗੁੱਸਾ ਹੈ, ਨਾਰਾਜ਼ਗੀ ਹੈ। ਇਹ ਜਿਹੜਾ ਬਰਗਾੜੀ ਕਾਂਡ ਤੁਹਾਨੂੰ ਸਾਰਿਆਂ ਨੂੰ ਪਤਾ, ਸਾਡਾ ਪੰਥ, ਸਾਡਾ ਗ੍ਰੰਥ, ਸਾਡੀ SGP ਸੀ, ਸਾਰੀ ਦੀ ਸਾਰੀ ਸਾਡੀ ਬਿਲਕੁਲ ਹੀ ਜਿਵੇਂ ਕਹਿ ਸਕਦੇ ਜਿਹਦੀ ਦੁਨੀਆਂ ਦੇ ਵਿੱਚ ਤਾਕ ਸੀ, ਦੁਨੀਆਂ ਤੋਂ ਕੋਈ ਆਉਂਦਾ ਸੀ ਉਹ ਦਰਬਾਰ ਸਾਹਿਬ ਮੱਥਾ ਟੇਕੇ ਤੋਂ ਬਿਨਾਂ ਨਹੀਂ ਸੀ ਜਾਂਦਾ। ਅਤੇ ਅੱਜ ਲੋਕਾਂ ਦੀਆਂ ਗੱਲਾਂ ਸੁਣ ਲਓ ਕਿ ਜਿਹੜੀ ਉਹ ਗੋਲਕ ਜਿਹੜੀ ਸਾਡੀ ਗੁਰੂ ਨੇ ਗਰੀਬਾਂ ਵਾਸਤੇ ਬਣਾਈ ਸੀ ਉਹ ਵਪਾਰ ਵਾਸਤੇ ਲੱਗ ਰਹੀ ਹੈ। ਹੁਣ ਪਾਰਟੀ ਪਾਰਟੀ ਨਹੀਂ ਰਹੀ, ਪਾਰਟੀ ਵਪਾਰਕ ਪਾਰਟੀ ਧੰਦਾ ਬਣ ਗਈ ਹੋਈ ਹੈ, ਵਪਾਰ ਕਰਨ ਲੱਗ ਗਈ ਪਾਰਟੀ। ਜਦੋਂ ਠੇਕੇ ਪਾਰਟੀਆਂ ਦੇਣ ਲੱਗ ਜਾਣ ਤਾਂ ਫਿਰ ਉਹ ਕੁਦਰਤੀ ਤੌਰ 'ਤੇ ਕਹਿਣ ਦੀ ਲੋੜ ਹੀ ਨਹੀਂ। ਉਹ ਹਰਚਰਨ ਸਿੰਘ ਇਹਨਾਂ ਨੇ ਲਾਇਆ ਸੀ ਨਾ, ਉਹਨਾਂ ਨੇ ਦੱਸਿਆ ਹੀ ਹੈ ਨਾ ਵੀ ਕਿਵੇਂ ਕਰੋੜ ਕਰੋੜ ਰੁਪਈਆ ਜਿਹੜਾ ਉਹ ਜਾਂਦਾ ਗੁਰੂ ਦੀ ਗੋਲਕ 'ਚੋਂ ਇਹਨਾਂ ਵਾਸਤੇ। ਸੋ ਅਸੀਂ ਸਿਧਾਂਤਾਂ ਵਾਸਤੇ ਲੜਨਾ, ਜਿਹੜੀ 1920 'ਚ ਸਾਡੇ ਸਾਰਿਆਂ ਦੇ ਬਜ਼ੁਰਗਾਂ ਨੇ ਜੇਲ੍ਹਾਂ ਕੱਟ ਕੱਟ ਕੇ ਤਸੀਹੇ ਝੱਲ ਝੱਲ ਕੇ ਉਹਨਾਂ ਦੇ ਪਰਿਵਾਰਾਂ ਨੇ ਤਸੀਹੇ ਝੱਲੇ ਸੀ, ਉਸ ਪਾਰਟੀ ਨੂੰ ਅਸੀਂ ਖੜ੍ਹਾ ਕਰਨ ਵਾਸਤੇ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਇਸ ਕਾਫਲੇ ਦੇ ਨਾਲ ਸਾਰੇ ਵੱਡੀ ਤਦਾਦ ਦੇ ਵਿੱਚ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਬਹੁਤ ਵੱਡੇ ਸਾਡਾ ਸੰਪਰਕ ਹੈ। ਥੋੜ੍ਹੇ ਦੇਰ ਤੱਕ ਅਸੀਂ ਰਾਮਪੁਰਾ ਫੂਲ ਦੇ ਸਾਰੇ ਬਹੁਤ ਸਾਰੇ ਅਹੁਦੇਦਾਰ ਹੈ ਜਿਨ੍ਹਾਂ ਨਾਲ ਸਾਡਾ ਤਾਲਮੇਲ ਬਣਿਆ ਹੋਇਆ, ਉੱਥੇ ਅਸੀਂ ਪਰਮਿੰਦਰ ਜੀ ਆਉਣਗੇ, ਉਹ ਵੀ ਅਸੀਂ ਬਹੁਤ ਵੱਡੀ ਮੀਟਿੰਗ ਕਰਾਂਗੇ। ਉਹ ਤੋਂ ਬਾਅਦ ਫਿਰ ਹੌਲੀ ਹੌਲੀ ਅਸੀਂ, ਕਿਉਂਕਿ ਕਾਫਲਾ ਜੁੜਦਾ 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 ਵੱਡਾ ਬਣਦਾ, ਇੱਕਦਮ ਨਹੀਂ। ਜਦੋਂ ਆਪਾਂ ਪੈਰ ਰੱਖਦੇ ਹਾਂ ਇੱਕ ਹੁੰਦਾ, ਦੋ ਹੁੰਦੇ, 10-20-40 ਇੱਦਾਂ ਜੁੜਦੇ ਜਾਂਦੇ ਆ। ਸੋ ਹੌਲੀ ਹੌਲੀ ਅਸੀਂ ਜੁੜ ਕੇ ਬਹੁਤ ਵੱਡਾ ਕਾਫਲਾ ਬਣਾ ਕੇ ਸਾਡੀ ਇਹ ਕੋਸ਼ਿਸ਼ ਹੈ, ਪਰਮਾਤਮਾ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਇਹਨਾਂ ਨੂੰ ਵੀ ਸ਼ਕਤੀ ਬਖਸ਼ੇ ਅਤੇ ਜਿਹੜੇ ਇਹਨਾਂ ਦੇ ਨਾਲ ਹੈ ਉਹਨਾਂ ਨੂੰ ਵੀ ਸ਼ਕਤੀ ਬਖਸ਼ੇ। ਪਿਛਲੇ ਦੇ ਮੁਲਾਜ਼ਮਾਂ ਨੂੰ ਮੱਥਾ ਟੇਕਣ ਗਏ ਸੀ, ਕਿਉਂਕਿ ਸਭ ਤੋਂ ਪਹਿਲਾਂ ਸਾਡੀ ਧਰਮ ਦੇ ਤੌਰ 'ਤੇ ਜ਼ਿੰਮੇਵਾਰੀ ਸੀ ਕਿ ਮੈਂ ਪਹਿਲਾਂ ਮੱਥਾ ਟੇਕਾਂ ਤਖ਼ਤ 'ਤੇ ਜਾ ਕੇ। ਉੱਥੇ ਤਖ਼ਤ ਸਾਹਿਬ ਤੋਂ ਸਾਰੇ ਮੁਲਾਜ਼ਮਾਂ ਨੂੰ ਕਿਹਾ ਵੀ ਉਹਨਾਂ ਨੂੰ ਕੋਆਪਰੇਟ ਨਹੀਂ ਕਰਨਾ। ਇਹ ਸਰੋਪੇ ਵੀ ਆਪਣੇ ਕੋਲੋਂ ਲੈ ਕੇ ਗਏ, ਉੱਥੇ ਸਰੋਪੇ ਹਰ ਬੰਦੇ ਨੂੰ ਦੇਣ ਦੀ ਜ਼ਿੰਮੇਵਾਰੀ ਬਣਦੀ ਹੈ ਕੋਈ ਆਵੇ ਅਤੇ, ਲੇਕਿਨ ਉੱਥੇ ਸਾਰਿਆਂ ਨੂੰ ਕਹਿਤਾ ਵੀ ਇਹਨਾਂ ਨੂੰ ਕੋਈ ਕੋਆਪਰੇਟ ਨਹੀਂ ਕਰਨਾ, ਕੋਈ ਸਰੋਪਾ ਨਹੀਂ ਦੇਣਾ, ਕੋਈ ਮੁਲਾਜ਼ਮ ਨਹੀਂ ਆਇਆ। ਕਿੰਨੀ ਛੋਟੀ ਗੱਲ ਹੈ, ਇੱਦੋਂ ਛੋਟੀ ਮੈਂ ਕਹਿੰਦਾ ਹੋ ਨਹੀਂ ਸਕਦੀ। ਇਹ ਧਰਮ ਤਖ਼ਤ ਸਾਰਿਆਂ ਦਾ ਸਾਂਝਾ ਹੈ, ਇਹ ਕਿਸੇ SGPC ਦੇ ਇਕੱਲੇ ਦਾ ਨਹੀਂ ਹੈ। ਜਥੇਦਾਰ ਸਾਹਿਬ ਪੁਰਾਣੇ ਜਥੇਦਾਰ, ਉਹ ਜਥੇਦਾਰ ਵੀ ਹਾਜ਼ਰ ਸੀ ਹੁਣ ਵਾਲੇ ਵੀ। ਅਤੇ ਨੰਬਰ ਦੋ, ਇੱਕ ਮੈਂ ਦੋ ਗੱਲਾਂ ਹੋਰ ਜ਼ਰੂਰੀ ਕਰਨੀਆਂ। ਇੱਕ ਤਾਂ 1985 'ਚ ਜੋ ਬੰਬ ਕਾਂਡ ਹੋਇਆ ਦਿੱਲੀ ਵਿੱਚ, ਤੁਸੀਂ ਨੂੰ ਪਤਾ, ਉਹਦੇ 'ਚ ਅਸੀਂ ਉਦੋਂ ਵੀ ਕਹਿੰਦੇ ਸੀ ਵੀ ਉਹਨਾਂ 'ਤੇ ਗਲਤ ਕੇਸ ਬਣੇ ਨੇ, ਉਹ ਬਰੀ ਹੋਏ ਨੇ ਔਰ 35 ਸਾਲ ਤੋਂ 35 ਸਾਲ ਹੋ ਗਏ, 35 ਸਾਲ ਤੋਂ ਬਾਅਦ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਇਨਸਾਫ ਮਿਲਿਆ। ਉਹਨਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ, ਅਸੀਂ ਜੱਜ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ, ਇਨਸਾਫ ਦਿੱਤਾ। ਨੰਬਰ ਦੋ, ਆ ਗੜੇਵਾਲ ਬਹੁਤ ਹੋਏ ਨੇ, ਉਹ ਦੋਨੇ ਸਰਕਾਰਾਂ ਨੂੰ, ਸੈਂਟਰ ਦੀ ਸਰਕਾਰ ਨੂੰ ਵੀ, ਪੰਜਾਬ ਦੀ ਸਰਕਾਰ ਨੂੰ ਵੀ। ਮੈਂ ਸਾਰੇ ਸਾਡੇ ਸਾਥੀਆਂ ਵੱਲੋਂ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਇਮੀਡੀਏਟਲੀ ਉਹਨਾਂ ਦੀ ਗਿਰਦਾਵਰੀ ਕਰਾ ਕੇ ਉਹਨਾਂ ਨੂੰ ਇਮੀਡੀਏਟਲੀ ਰਿਲੀਫ ਦੇਣਾ ਚਾਹੀਦਾ ਹੈ, ਤਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਅਗਲੀ ਫਸਲ ਲਈ ਕੁਛ ਨਾ ਕੁਛ ਉਹ ਕਰ ਸਕਣ। ਕਿਸਾਨ ਪਹਿਲੇ ਹੀ ਬੁਰੀ ਤਰ੍ਹਾਂ ਫਸਿਆ ਹੋਇਆ, ਅਤੇ ਇਸ ਕਰਕੇ ਉਹਦੇ ਲਈ ਵੀ ਕਰਨਾ ਹੋਇਆ। ਇੱਕ ਇਹਨਾਂ ਨੇ ਸਵਾਲ ਕੀਤਾ ਸੀ ਕਿ ਤੁਸੀਂ ਇੰਨੇ ਅਹੁਦੇ ਲਏ ਅਤੇ ਉਦੋਂ ਨਹੀਂ ਛੱਡਿਆ। ਇੱਕ ਤਾਂ ਮੈਂ ਸੁਖਬੀਰ ਨੂੰ ਇੱਕ ਗੱਲ ਕਹੀ ਸੀ, ਉਹਨੇ ਵੀ ਕਿਹਾ ਸੀ ਨਾ ਮੈਂ ਅਹੁਦੇ ਦਿੱਤੇ। ਮੈਂ ਕਿਹਾ ਉਹ ਕੌਣ ਹੁੰਦਾ, ਉਹਨੇ ਕਦੇ ਅਕਾਲੀ ਦਲ ਲਈ ਕੋਈ ਕੰਮ ਕੀਤਾ? ਇੱਕ 1% ਦਿਖਾ ਦੇ, ਅਸੀਂ ਤਾਂ ਜੇਲ੍ਹਾਂ ਦਿਖਾ ਦਿਆਂਗੇ ਨਾ। ਅਸੀਂ ਤਾਂ ਟਾਡਾ ਦੇ ਅੰਦਰ, ਨੈਸ਼ਨਲ ਸਿਕਿਉਰਿਟੀ ਐਕਟ ਦੇ ਅੰਦਰ ਸਾਰੇ ਥਾਂ 'ਤੇ ਅਸੀਂ ਤਾਂ ਜੇਲ੍ਹਾਂ ਕੱਟੀਆਂ ਨੇ। ਮੈਂ ਕਿਹਾ ਉਹ ਦਿਖਾ ਦੇ ਇੱਕ ਦਿਨ।
ਉਹ ਪ੍ਰਧਾਨਗੀ ਲਈ ਬੈਠਾ, ਉਹਨੇ ਇੱਕ ਦਿਨ ਕੋਈ ਜੇਲ੍ਹ ਕੱਟੀ ਹੋਵੇ, ਇੱਕ ਦਿਨ ਕੋਈ ਅਕਾਲੀ ਦਲ ਦਾ ਕੰਮ ਕੀਤਾ ਹੋਵੇ, ਹੋਰ ਕਰੋ। ਨੰਬਰ 2, ਕੀ ਬਾਦਲ ਸਾਹਿਬ ਨੂੰ ਅਸੀਂ ਨਹੀਂ ਚੀਫ ਮਿਨਿਸਟਰ ਬਣਾਉਂਦੇ ਰਹੇ? ਕੀ ਬਾਦਲ ਸਾਹਿਬ ਨੇ ਹੁਣ ਸਾਨੂੰ ਛੱਡਿਆ? ਸਾਡੇ ਉਹ ਅਸੀਂ ਨਹੀਂ ਬਣਾਉਂਦੇ ਰਹੇ ਚੀਫ ਮਿਨਿਸਟਰ ਬਾਦਲ ਸਾਹਿਬ ਨੂੰ? ਇਸ ਕਰਕੇ ਇਹ ਗੱਲਾਂ ਕਰਨੀਆਂ ਸੌਖੀਆਂ, ਕਹਿਣੀਆਂ ਸੌਖੀਆਂ, ਕਰਨੀਆਂ ਬੜੀਆਂ ਔਖੀਆਂ। ਇਸ ਕਰਕੇ ਅਸੀਂ ਕੋਈ ਉਹ ਨਹੀਂ ਲਿਆ, ਅਸੀਂ ਆਪਣੀਆਂ ਕੁਰਬਾਨੀਆਂ ਦਾ ਹੱਕ ਵੀ ਲਿਆ। ਨੰਬਰ 2, ਅਸੀਂ ਸਿਧਾਂਤ ਦੀ ਲੜਾਈ ਲੜਾਈ, ਅਸੀਂ ਇਹ ਵੀ ਨਹੀਂ ਹੈ ਕਿ ਅਸੀਂ ਕੋਈ, ਮੈਂ ਨਹੀਂ ਕਹਿੰਦਾ ਮੈਨੂੰ ਆਹਦਾ ਅਹੁਦਾ ਨਹੀਂ ਮਿਲਿਆ, ਮੈਨੂੰ ਬਹੁਤ ਮਾਣ ਸਤਿਕਾਰ ਮਿਲਿਆ, ਮੈਂ ਇਹਦੇ 'ਚ ਕੋਈ ਮੁਨਕਰ ਨਹੀਂ ਹੁੰਦਾ। ਜੇ ਮੈਂ ਕੋਈ ਕਹੇ ਮੈਨੂੰ ਮਾਣ ਸਤਿਕਾਰ ਨਹੀਂ ਪਾਰਟੀ ਨੇ ਦਿੱਤਾ, ਪੂਰਾ ਦਿੱਤਾ, ਪਰ ਜੇ ਇੱਕ ਸਿਧਾਂਤ ਤੋਂ ਉਖੜ ਜਾਏ ਪਾਰਟੀ, ਉਹਦੇ ਨਹੀਂ ਨਾ ਲੜੀਏ, ਫਿਰ ਸਾਡਾ ਡਿਊਟੀ ਕੀ ਬਣਦੀ ਹੈ ਜੀ? ਫਿਰ ਤਾਂ ਇਹੀ ਡਿਊਟੀ ਬਣਦੀ ਹੈ ਵੀ ਅਸੀਂ ਉਸ ਸਿਧਾਂਤ ਲਈ ਲੜੀਏ।